ਬਹੁਤ ਅਫਸੋਸ ਦੀ ਗੱਲ ਹੈ ਕਿ ਇੱਕ ਪਾਸੇ ਕਿਸਾਨ ਦੀ ਮਿਹਨਤ ਦੇ ਨਾਲ ਕਣਕ ਮੰਡੀਆਂ ਦੇ ਵਿੱਚ ਪਹੁੰਚਣੀ ਸ਼ੁਰੂ ਹੋ ਗਈ ਹੈ, ਪਰ ਹਾਲੇ ਤੱਕ ਸੂਬੇ ਦੀ ਸਰਕਾਰ ਜਿਹੜੀ ਹੈ ਉਹ ਨਾ ਤਾਂ ਟਰਾਂਸਪੋਰਟ ਦੀ ਟੈਂਡਰ ਪੂਰੀ ਕਰ ਸਕੀ ਹੈ, ਨਾ ਲੇਬਰ ਦੇ ਕਾਰਟੇਜ ਦੇ ਟੈਂਡਰ ਪੂਰੇ ਕਰ ਸਕੀ, ਔਰ ਨਾ ਹੀ ਹਾਲੇ ਜਿਹੜੀ ਪੈਸੇ ਦਾ ਪ੍ਰਬੰਧ ਸਟੇਟ ਨੇ ਕਰਨਾ ਹੁੰਦਾ ਉਹ ਵੀ ਪੂਰਾ ਕਰ ਸਕੀ। 1 ਤਰੀਕ ਤੋਂ ਜਿਹੜੀ ਖਰੀਦ ਹੈ ਅਫੀਸ਼ੀਅਲੀ ਮੰਡੀਆਂ ਦੇ ਵਿੱਚ ਸ਼ੁਰੂ ਹੋ ਗਈ, ਲੇਕਿਨ ਬੜੀ ਹੈਰਾਨੀ ਦੀ ਗੱਲ ਹੈ ਕਿ ਹੁਣ ਖਬਰਾਂ ਲੱਗ ਰਹੀਆਂ ਹੈ ਕਿ ਮੁੱਖ ਮੰਤਰੀ ਸਾਹਿਬ ਦਿੱਲੀ ਜਿਹੜਾ ਕਣਕ ਦੇ ਪ੍ਰਬੰਧਾਂ ਵਾਸਤੇ ਜਾ ਰਹੇ। ਇੱਥੋਂ ਜਿਹੜੀ ਸਰਕਾਰ ਦੀ ਨਲਾਇਕੀ ਹੈ ਉਹ ਸਾਹਮਣੇ ਚਲਦੀ ਹੈ। ਜਦੋਂ ਸਰਕਾਰ ਨੂੰ ਚੰਗੀ ਤਰ੍ਹਾਂ ਪਤਾ ਕਿ ਟਰੱਕ ਆਪਰੇਟਰ ਦੇ ਨਾਲ ਇਹਨਾਂ ਦਾ ਰੇੜਕਾ ਬਹੁਤ ਪੁਰਾਣਾ ਚੱਲ ਰਿਹਾ, ਅਤੇ ਇਹਨਾਂ ਦੀ ਡਿਊਟੀ ਬਣਦੀ ਸੀ ਕਿ ਸਮੇਂ ਸਿਰ ਇਹ ਰੇੜਕਾ ਖਤਮ ਕਰਕੇ ਸਾਰਾ ਮਾਹੌਲ ਠੀਕ ਕਰਕੇ ਸਾਰੀਆਂ ਚੀਜ਼ਾਂ ਦੀ ਤਿਆਰੀ ਕਰਕੇ ਹੁਣ ਨਾਲ ਦੀ ਨਾਲ ਲਿਫਟਿੰਗ ਦਾ ਪ੍ਰਬੰਧ ਕਰਦੀ, ਪਰ ਮੈਂ ਸਮਝਦਾ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ। ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਆਪਣੀ ਕੁੰਭਕਰਨੀ ਨੀਂਦ ਤੋਂ ਉਹਨਾਂ ਨੂੰ ਜਾਗਣਾ ਚਾਹੀਦਾ ਔਰ ਫਸਲ ਨੂੰ ਸਾਂਭਣ ਦਾ ਪ੍ਰਬੰਧ, ਚੁੱਕਣ ਦਾ ਪ੍ਰਬੰਧ, ਪੈਸੇ ਦਾ ਪ੍ਰਬੰਧ ਤੁਰੰਤ ਕਰਨਾ ਚਾਹੀਦਾ।